ਸਾਡੀ ਲਾਈਨ ਮਿਲ ਗਈ ਇਸ ਵੇਲੇ ਬ੍ਰਿਟਿਸ਼ ਕੋਲੰਬੀਆ, ਔਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਗੱਲਬਾਤ ਕਰਾਂਗੇ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ, ਬੜੇ ਹੀ ਪ੍ਰਸਿੱਧ ਉੱਥੋਂ ਦੇ ਚਰਚਿਤ ਜਿੱਥੇ ਪੱਤਰਕਾਰ ਨੇ, ਸਮਾਜ ਸੇਵੀ ਨੇ, ਹਰ ਇੱਕ ਫੀਲਡ ਦੇ ਵਿੱਚ ਇਹਨਾਂ ਨੇ ਉੱਥੇ ਆਪਣੀ ਜਗ੍ਹਾ ਬਣਾਈ ਹੋਈ ਹੈ। ਤੋ ਅਸੀਂ ਇਹਨਾਂ ਨਾਲ ਗੱਲ ਪੰਜਾਬੀ ਭਾਸ਼ਾ ਲਈ, ਔਰ ਇਹਦੇ ਨਾਲ ਨਾਲ ਜਿਹੜੀ ਆਪਣੀ ਉੱਥੋਂ ਦੀਆਂ ਸਾਹਿਤਕ ਸਰਗਰਮੀਆਂ ਉਹਨਾਂ 'ਚ ਵੀ ਇਹ ਵੱਧ ਚੜ੍ਹ ਕੇ ਸ਼ਾਮਿਲ ਹੁੰਦੇ ਹੈ। ਪਰ ਜਦੋਂ ਕਿਤੇ ਲੋੜ ਪਵੇ ਕਮਿਊਨਿਟੀ ਦੀ ਕਿਸੇ ਖਬਰ ਦੀ, ਤਾਂ ਅਸੀਂ ਇਹਨਾਂ ਨੂੰ ਖੇਚਲ ਦਿੰਦੇ ਹਾਂ। ਮੇਰੇ ਨਾਲ ਲਾਈਨ ਦੇ ਉੱਤੇ ਨੇ ਧਾਲੀਵਾਲ ਸਾਹਿਬ, ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਜਿੰਦਰ ਸੈਣੀ ਸਾਹਿਬ, ਤੁਹਾਡਾ ਤੇ ਪ੍ਰਵਾਸੀ ਰੇਡੀਓ ਟੀਵੀ ਸਾਰੇ ਅਦਾਰਿਆਂ ਦਾ ਤੇ ਸਮੂਹ ਸਰੋਤਿਆਂ ਦਾ ਹਾਰਦਿਕ ਧੰਨਵਾਦ ਤੇ ਸ਼ੁਭਕਾਮਨਾਵਾਂ ਜੀ। ਮੈਂ ਸ਼ੁਰੂ 'ਚ ਗੱਲ ਕਰ ਰਿਹਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਓਨਟਾਰੀਓ ਦੇ ਵਿੱਚ ਬਹੁਤ ਬਾਅਦ ਦੇ ਵਿੱਚੋਂ ਸਾਡੀ ਕਮਿਊਨਿਟੀ ਐਸਟੈਬਲਿਸ਼ ਹੋਣੀ ਸ਼ੁਰੂ ਹੋਈ ਹੈ ਤੇ ਰਾਜਨੀਤੀ 'ਚ ਵੀ ਆਉਣੇ ਸ਼ੁਰੂ ਹੋਏ ਹੈ, ਲੇਕਿਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਸਭ ਤੋਂ ਪਹਿਲਾਂ ਆ ਕੇ ਸੈਟਲ ਹੋਏ ਪੰਜਾਬੀ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬੀਆਂ ਨੇ ਉੱਥੇ ਰਾਜਨੀਤੀ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਹੈ, ਦਬਦਬਾ ਬਣਾਇਆ ਹੈ, ਉਹਦੀ ਮਿਸਾਲ ਇਹ ਜਿਹੜੇ ਤੁਹਾਡੇ ਲੇਟੈਸਟ ਇਲੈਕਸ਼ਨ ਹੋ ਕੇ ਹਟੇ ਹੈ ਪ੍ਰੋਵਿੰਸ਼ੀਅਲ, ਉੱਥੋਂ ਸਪਸ਼ਟ ਫੇਰ ਹੁੰਦਾ ਇੱਕ ਵਾਰੀ ਕਿ ਵੱਡੀ ਗਿਣਤੀ ਵਿੱਚ, ਮੈਂ ਕਿਹਾ 20 ਤੋਂ ਵੱਧ ਤੇ ਉੱਥੇ ਤੁਹਾਡੇ ਜਿਹੜੇ MLA ਜਿੱਤੇ ਹੈ, ਔਰ ਬੜੇ ਮਾਣ ਦੀ ਗੱਲ ਹੈ ਕਿ 4 ਮੰਤਰੀ ਬਣਾਏ ਗਏ ਹੈ ਜੀ। ਬਿਲਕੁਲ ਚੰਨੀ ਸਾਹਿਬ, ਤੁਸੀਂ ਸਹੀ ਕਿਹਾ ਕਿ ਕੈਨੇਡਾ ਦਾ ਇਤਿਹਾਸ ਜੇਕਰ ਫਰੋਲਾਂਗੇ ਤਾਂ ਸਭ ਤੋਂ ਪਹਿਲਾਂ BC ਦੇ ਵਿੱਚ ਪੰਜਾਬੀਆਂ ਦੀ ਆਮਦ ਦੀ ਗੱਲ ਹੁੰਦੀ ਹੈ ਤੇ ਇੱਥੇ ਹੀ ਮਨੁੱਖੀ ਹੱਕਾਂ ਲਈ ਜਿਹੜੀ ਲੜਾਈ ਲੜੀ ਗਈ, ਬਲਕਿ ਜਿਹੜੀ 1907 ਦੇ ਵਿੱਚ BC ਕੰਜ਼ਰਵੇਟਿਵ ਪਾਰਟੀ ਨੇ ਵੋਟ ਦਾ ਹੱਕ ਖੋਇਆ ਸੀ, ਉਸ ਦੇ ਲਈ ਜਿਹੜਾ ਸਟਰਗਲ ਵੀ ਲੜਿਆ ਗਿਆ ਉਹ ਵੀ ਇੱਥੋਂ ਦੇ ਨਗਿੰਦਰ ਸਿੰਘ ਗਿੱਲ ਤੇ ਸਮੂਹ ਐਕਟਿਵਿਸਟ ਨੇ ਲੜਿਆ ਤੇ ਵੋਟ ਦਾ ਹੱਕ ਮਿਲਿਆ। ਸੋ ਇਹ ਅੱਜ ਜੇਕਰ ਪੂਰੇ ਕੈਨੇਡਾ ਦੇ ਵਿੱਚ MLA MP ਕੌਂਸਲਰ ਚੁਣੇ ਜਾ ਰਹੇ ਨੇ, ਉਹਦੇ ਵਿੱਚ ਵੀ BC ਦਾ ਇੱਥੋਂ ਹੋਂਡਰਸ ਤੋਂ ਇਤਿਹਾਸ ਜੇ ਦੇਖੀਏ ਸਾਨੂੰ ਕੱਢ ਕੇ ਭੇਜਿਆ ਜਾ ਰਿਹਾ ਸੀ। ਪ੍ਰਿੰਸੀਪਲ ਸੰਤ ਤੇਜਾ ਸਿੰਘ, ਭਾਈ ਮੇਵਾ ਸਿੰਘ, ਭਾਗ ਸਿੰਘ, ਬਦਨ ਸਿੰਘ, ਬਲਵੰਤ ਸਿੰਘ, ਕਿਹਦਾ ਕਿਹਦਾ ਨਾਂ ਲਈਏ, ਸਾਡਾ ਸਿਰ ਸਾਰਿਆਂ ਨਾਲ ਝੁਕਦਾ। ਇਹ ਮੈਂ ਤਾਂ ਜ਼ਿਕਰ ਕਰਦੇ ਹਾਂ ਜਿਹੜੇ ਨਵੇਂ ਨਵੇਂ ਕਈ ਵਾਰ ਆਉਂਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਰਾ ਕੁਝ ਜਿਹੜਾ ਇਹ ਮੰਤਰੀ ਬਣਦੇ ਨੇ ਹੋਰ ਨੇ ਪਲੇਟ ਚ ਪਲੋਸ ਕੇ ਮਿਲਿਆ। ਅਸਲ ਚ ਇਹਦੇ ਪਿੱਛੇ ਉਹਨਾਂ ਲੋਕਾਂ ਦੀ ਘਾਲਣਾ ਜਿਹਨਾਂ ਦੇ ਕਦਮਾਂ ਨੂੰ ਚੁੰਮਣਾ ਚਾਹੀਦਾ ਤੇ ਜਿਹਨਾਂ ਦੇ ਅੱਗੇ ਵਾਰ ਵਾਰ ਨਤਮਸਤਕ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਅੱਜ ਕਿੰਨੇ ਮੰਤਰੀ ਬਣੇ ਨੇ, ਕੱਲ ਨੂੰ ਕਿੰਨੇ ਬਣਨਗੇ, ਪਰ ਜੋ ਘਾਲਣਾ ਉਹਨਾਂ ਬਜ਼ੁਰਗਾਂ ਦੀ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੀ। ਸੋ ਜਿਹੜੀ ਮੌਜੂਦਾ ਸਮੇਂ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਵਜ਼ਾਰਤ ਜਿਹੜੀ ਬਣਾਈ ਹੈ ਡੇਵਿਡ ਈਵੀ ਨੇ, ਕੁੱਲ 23 ਮੈਂਬਰੀ ਮੰਤਰੀ ਮੰਡਲ ਹੈ, ਉਸ ਤੋਂ ਇਲਾਵਾ 4 ਸਟੇਟ ਮਿਨਿਸਟਰ ਨੇ, 14 ਪਾਰਲੀਮਾਨੀ ਸਕੱਤਰ ਨੇ, ਤੇ ਬੜੀ ਸੰਤੁਲਨ ਅਪਰੋਚ ਰੱਖੀ ਹੈ। ਔਰਤਾਂ ਦੀ ਗਿਣਤੀ ਮਰਦਾਂ ਤੋਂ ਵੱਧ ਹੈ। ਪੰਜਾਬੀਆਂ ਦੀ ਗੱਲ ਕਰੀਏ ਤਾਂ ਸ਼ੁਰੂਆਤ ਇੱਥੋਂ ਹੀ ਹੈ ਕਿ ਦੁਬਾਰਾ ਫੇਰ ਸਪੀਕਰ ਦਾ ਜਿਹੜਾ ਅਹੁਦਾ ਰਾਜਪਾਲ ਸਿੰਘ ਚੌਹਾਨ ਹੋਰਾਂ ਨੂੰ ਦਿੱਤਾ ਗਿਆ, ਬੜੇ ਮਿਹਨਤੀ ਨੇ, ਲਾਇਕ ਨੇ, ਡਾਕਟਰ ਹਰੀ ਸ਼ਰਮਾ ਦੇ ਰਾਜਨੀਤੀ ਦੇ ਵਿਦਿਆਰਥੀ ਨੇ, ਮਨੁੱਖੀ ਅਧਿਕਾਰਾਂ ਦੇ ਪ੍ਰਤੀ ਸਮਰਪਿਤ ਨੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਨੌਜਵਾਨਾਂ ਦੀ ਪ੍ਰਤੀਨਿਧਤਾ ਦੇਖੀਏ ਤਾਂ ਉਹਨਾਂ ਦੇ ਵਿੱਚੋਂ 2 ਸ਼ਖਸੀਅਤਾਂ ਨਿੱਕੀ ਸ਼ਰਮਾ ਤੇ ਰਵੀ ਸਿੰਘ ਕਾਹਲੋਂ, ਇਹਨਾਂ ਦੋਨਾਂ ਨੂੰ ਬੜੀ ਦੁਬਾਰਾ ਫਿਰ ਉਹੀ ਅਹੁਦੇ ਜਿਹੜੇ ਪਹਿਲਾਂ ਸਨ ਦਿੱਤੇ ਗਏ। ਨਿੱਕੀ ਸ਼ਰਮਾ ਨੂੰ ਪਹਿਲਾਂ ਵੀ ਅਟਾਰਨੀ ਜਨਰਲ ਤੇ ਡਿਪਟੀ ਪ੍ਰੀਮੀਅਰ ਦੇ ਤੌਰ ਤੇ ਵਜ਼ਾਰਤ ਸ਼ਾਮਿਲ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਰੱਖਿਆ ਗਿਆ। ਤੇ ਰਵੀ ਕਾਹਲੋਂ ਜਿਹੜਾ ਓਲੰਪੀਅਨ ਹੈ, ਇਹ ਨੌਜਵਾਨ ਜਿਸਨੇ ਹਰ ਮੈਦਾਨ ਫਤਿਹ ਕੀਤਾ, ਛੋਟੀ ਉਮਰ ਦੇ ਵਿੱਚ ਵੱਡੀਆਂ
ਪਦਵੀਆਂ ਤੇ ਪਹੁੰਚਿਆ, ਹਾਊਸਿੰਗ ਮਿਨਿਸਟਰ ਉਸ ਨੂੰ ਦੁਆਰਾ ਬਣਾਇਆ ਗਿਆ ਤੇ ਸੱਤਵੀਂ ਵਾਰ ਇਸ ਇਲੈਕਸ਼ਨ ਚ ਜਿੱਤੇ ਰਾਜਗਰੂਪ ਸਿੰਘ ਬਰਾੜ, ਜਿਹੜੇ ਪਹਿਲਾਂ ਕਈ ਅਹੁਦਿਆਂ ਤੇ ਰਹੇ ਪਰ ਫੁੱਲ ਮੰਤਰੀ ਜਿਹੜੇ ਨੇ ਉਹ ਨਹੀਂ ਸੀ ਬਣੇ, ਪਰ ਇਸ ਵਾਰ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਤੇ ਜਗਰੂਪ ਸਿੰਘ ਬਰਾੜ ਦੇ ਕੋਲ ਮਾਈਨਿੰਗ ਦਾ ਮਹਿਕਮਾ ਅਤੇ ਇਸ ਦੇ ਨਾਲ ਨਾਲ ਜੰਗਲਾਤ ਮਹਿਕਮਾ ਦਿੱਤਾ ਗਿਆ ਤੇ ਮਾਈਨਿੰਗ ਦੇ ਮਹਿਕਮਾ ਇਹ ਜਗਰੂਪ ਸਿੰਘ ਕੋਲ ਹੈ ਤੇ ਮਾਫ਼ ਕਰਨਾ ਜੰਗਲਾਤ ਮਹਿਕਮਾ ਰਵੀ ਪਰਮਾਰ ਇਹਨਾਂ ਨੂੰ ਦਿੱਤਾ ਗਿਆ। ਸੋ ਜੇਕਰ ਅਸੀਂ ਇਸ ਤੋਂ ਇਲਾਵਾ ਸੰਸਦੀ ਸਕੱਤਰਾਂ ਦੀ ਵੀ ਗੱਲ ਕਰੀਏ, ਉਹਨਾਂ ਦੇ ਵਿੱਚ ਵੀ ਹਰਵਿੰਦਰ ਕੌਰ ਸੰਧੂ ਜਿਹੜੇ ਵਰਨਨ ਕਲੋਨਾ ਤੋਂ ਨੇ, ਉਹਨਾਂ ਨੂੰ ਖੇਤੀਬਾੜੀ ਪਾਰਲੀਮਾਨੀ ਸਕੱਤਰ ਬਣਾਇਆ ਗਿਆ। ਜੈਸੀ ਸੁੰਨੜ ਨਸਲਵਾਦ ਵਿਰੋਧੀ ਜਿਹੜੀ ਪਹਿਲਕਦਮੀ ਹੈ ਉਸਦੇ ਵਾਸਤੇ ਪਾਰਲੀਮਾਨੀ ਸਕੱਤਰ ਨੇ। ਇਸੇ ਤਰ੍ਹਾਂ ਹੀ ਸੁਨੀਤਾ ਧੀਰ ਜਿਹੜੇ ਨੇ ਅੰਤਰਰਾਸ਼ਟਰੀ ਕ੍ਰੈਡੈਂਸ਼ੀਅਲ ਪਾਰਲੀਮਾਨੀ ਸਕੱਤਰ ਨੇ ਤੇ ਕਲਾ ਫਿਲਮ ਖੇਤਰ ਦੇ ਵਿੱਚ ਨੀਨਾ ਕਾਰੀਗਰ ਨੂੰ ਸ਼ਾਮਲ ਕੀਤਾ ਗਿਆ ਤੇ ਇੱਕ ਸਰੀ ਤੋਂ ਜਿਹੜੀ ਬੜੇ ਮੁਕਾਬਲੇ ਨਾਲ ਜਿੱਤੀ ਬੀਬੀ ਆਮਨਾ ਸ਼ਾਹ ਉਸ ਨੂੰ ਜਿਹੜਾ ਹੈ ਮਾਨਸਿਕ ਸਿਹਤ ਨਸ਼ਾਖੋਰੀ ਪਾਰਲੀਮਾਨੀ ਸਕੱਤਰ ਬਣਾਇਆ ਗਿਆ। ਸੋ ਸਿੱਖ ਹਿੰਦੂ ਮੁਸਲਿਮ ਭਾਈਚਾਰੇ ਜਿਹੜੇ ਇਹ ਵੀ ਘੱਟ ਗਿਣਤੀਆਂ, ਇਸ ਪੱਖੋਂ ਵੀ ਦੇਖੀਏ ਬਹੁਤ ਵਧੀਆ ਉਤਸ਼ਾਹ, ਪਰ ਪੰਜਾਬੀਆਂ ਦੀ ਜਿਹੜੀ ਹੈ ਸੱਚਮੁੱਚ ਬੱਲੇ ਬੱਲੇ ਹੈ, ਪਰ ਇਹ ਕ੍ਰੈਡਿਟ ਉਹਨਾਂ ਨੂੰ ਜਾਂਦਾ ਜਿਨ੍ਹਾਂ ਨੇ ਇਹ ਮੋਰਚੇ ਸਭ ਤੋਂ ਪਹਿਲਾਂ ਫਤਿਹ ਕੀਤੇ ਨੇ। ਬਹੁਤ ਬਹੁਤ ਸ਼ੁਕਰੀਆ ਤਲਵਲ ਸਾਹਿਬ, ਔਰ ਇਹ ਚ ਕੋਈ ਦੋ ਰਾਏ ਨਹੀਂ ਕਿ ਇਹ ਜਿਹੜੀ ਸਰਕਾਰ ਹੈ ਇਹ ਬੜੀ ਟਾਈਟ ਬੜੀ ਹੀ ਨੈਰੋ ਮਾਰਜਨ ਨਾਲ ਜਿੱਤ ਕੇ ਆਈ ਹੈ ਦੁਬਾਰਾ, ਪਰ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਰਕਾਰ ਮੁੜ ਤੋਂ ਬਣਾਉਣਾ ਇਹ ਆਪਣੇ ਆਪ 'ਚ ਕਿਉਂਕਿ ਹਮੇਸ਼ਾ ਇਨਕੰਬੈਂਸੀ ਫੈਕਟਰ ਕੰਮ ਕਰਦਾ ਹੈ। ਦੂਸਰੀ ਵਾਰ ਲਗਾਤਾਰ ਸਰਕਾਰ ਬਣਾਈ ਹੈ NDP ਨੇ, ਪਰ ਬਣਾਈ ਬਿਲਕੁਲ ਬਿਲਕੁਲ ਟਾਈਟ ਨੈਰੋ ਮਾਰਜਨ ਦੇ ਨਾਲ ਹੈ, ਤਾਂ ਇਹ ਉਮੀਦ ਹੈ ਕਿ ਉਹ ਇਸ ਨੂੰ ਕਿਉਂਕਿ ਮੈਜੋਰਿਟੀ ਉਹਨਾਂ ਦੇ ਕੋਲ ਹੈ, ਕਿਸੇ ਦੇ ਡਿਪੈਂਡੈਂਟ ਨਹੀਂ ਹਨ, ਅਤੇ ਇਹਨੂੰ 4 ਸਾਲ ਪੂਰੇ ਕਰਕੇ ਵਧੀਆ ਸੇਵਾਵਾਂ ਦੇਣਗੇ। ਫਿਲਹਾਲ ਸੋ ਫਾਰ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਕਿ ਇੱਕ ਬੈਲੈਂਸ ਅਪਰੋਚ ਦੇ ਨਾਲ ਚੱਲ ਰਹੇ ਨੇ। ਫਿਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਤੁਹਾਨੂੰ ਇੰਨੀ ਕੁ ਖੇਚਲ ਦੇਣੀ ਸੀ, ਫਿਰ ਤੁਹਾਡਾ ਜਲਦੀ ਗੱਲ ਕਰਾਂਗੇ। ਜ਼ਰੂਰ ਜੀ, ਇੱਕ ਮੈਂ ਜ਼ਰੂਰ ਗੱਲ ਕਰਾਂਗਾ। ਸਾਡੇ ਜਿਹੜੇ ਵਿਦਿਆ ਮੰਤਰੀ ਰਚਨਾ ਸਿੰਘ ਸਨ, ਉਹ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ ਜਿਸ ਕਿਸਮ ਦਾ, ਉਹ ਦਖਲ ਅੰਦਾਜ਼ੀ ਜਾਂ ਸੱਜੇ ਪੱਖੀ ਆ ਜਿਹੜਾ ਪ੍ਰਚਾਰ ਲੱਗਿਆ, ਖਾਸ ਤੌਰ ਤੇ ਕੁਝ ਅਨਾਊਂਸਮੈਂਟ BC ਕੰਜ਼ਰਵੇਟਿਵ ਦੇ ਹੱਕ 'ਚ ਚੱਲੀ, ਉਹਦੇ ਵਿੱਚ ਉਹ ਇਸ ਇਲੈਕਸ਼ਨ 'ਚ ਜਿੱਤ ਨਹੀਂ ਸਕੇ। ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਜਿਵੇਂ ਵਜ਼ਾਰਤ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ, ਇਹੋ ਜਿਹੇ ਸਾਡੇ ਜਿਹੜੇ ਹੋਣਹਾਰ ਵਿਅਕਤੀ ਨੇ ਉਹਨਾਂ ਨੂੰ ਆਉਣਾ ਚਾਹੀਦਾ ਤੇ ਸਾਨੂੰ ਵੀ ਵੋਟਰਾਂ ਨੂੰ ਸੋਚਣਾ ਚਾਹੀਦਾ ਕਿ ਜੇਕਰ ਅਸੀਂ ਸੱਜੇ ਪੱਖੀ ਤਾਕਤਾਂ ਨੂੰ ਦੇਸ਼ ਦੇ ਵਿੱਚ ਭਾਰੂ ਕਰਾਂਗੇ ਤਾਂ ਉਹ ਇਹ ਦਿਨ ਦੂਰ ਨਹੀਂ। ਜਿਸ ਤਰੀਕੇ ਨਾਲ ਇਮੀਗ੍ਰੈਂਟਸ ਲਈ ਸਾਡੇ ਬਜ਼ੁਰਗਾਂ ਨੇ ਸਟਰਗਲ ਲੜੇ, ਉਹ ਜਿਹੜੀ ਕਹਾਣੀ ਹੈ, ਉਹ ਚੁਣੌਤੀਆਂ ਉਹ ਮੁੜ ਫਿਰ ਸਾਹਮਣੇ ਆ ਸਕਦੀਆਂ ਨੇ। ਸੋ ਸਾਨੂੰ ਸਤਰਕ ਜ਼ਰੂਰ ਰਹਿਣਾ ਚਾਹੀਦਾ ਤੁਹਾਡੇ ਇਸ ਅਦਾਰੇ ਤੇ, ਕਿਉਂਕਿ ਇਹ ਗੱਲਾਂ ਹਮੇਸ਼ਾ ਹੁੰਦੀਆਂ ਨੇ। ਉਸਦੀ ਨਬਜ਼ ਪਛਾਣ ਦਿਆਂ ਹੋਇਆਂ ਮੈਂ ਇਹ ਜ਼ਿਕਰ ਕੀਤਾ। ਸੋ ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਔਰ ਡੈਫੀਨੇਟਲੀ ਰਚਨਾ ਸਿੰਘ ਹੋਰਾਂ ਦੀ ਕਮੀ ਖਲੇਗੀ, ਬੜਾ ਵਧੀਆ ਕੰਮ ਕਰ ਰਹੇ ਸਨ। ਪਰ ਕਹਿੰਦੇ ਨਾ ਕਿ ਕਈ ਵਾਰੀ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਕਿ ਲੋਕ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਆ, ਜਿਹਦਾ ਖਮਿਆਜ਼ਾ ਭੁਗਤਣਾ ਪਿਆ ਉਹਨਾਂ ਨੂੰ, ਲੇਕਿਨ ਉਹਨਾਂ ਦੀ ਜਿਹੜੀ ਦ੍ਰਿੜਤਾ ਹੈ ਉਹ ਜਾਰੀ ਰਹੇਗੀ। ਇਹ ਗੱਲ ਬਾਰ ਬਾਰ ਉਹਨਾਂ ਨੇ ਕਹੀ ਹੈ ਕਿ ਮੈਂ ਆਪਣੇ ਪ੍ਰਿੰਸੀਪਲ ਦੇ ਉੱਤੇ ਕਾਇਮ ਹਾਂ। ਬਹੁਤ ਬਹੁਤ ਸ਼ੁਕਰੀਆ, ਫਿਰ ਤੁਹਾਡਾ ਜਲਦੀ ਗੱਲ ਕਰਾਂਗੇ। ਧੰਨਵਾਦ ਜੀ, ਕਹਿ ਦਿਨੋ ਸ਼ੁਕਰੀਆ ਸਿੰਘ ਸਾਹਿਬ, ਹਾਰਦਿਕ ਧੰਨਵਾਦ। ਥੈਂਕ ਯੂ ਸੋ ਮਚ।